ਪੁਲਵਾਮਾ ਹਮਲੇ ਤੋਂ ਬਾਅਦ ਭਾਰਤ ਨੇ ਪਾਕਿਸਤਾਨ ਵਿੱਚ ਜਾ ਕੇ ਹਵਾਈ ਹਮਲਾ ਕਰਕੇ ਦਹਿਸ਼ਤਗਰਦਾਂ ਤੋਂ ਇਸ ਦਾ ਬਦਲਾ ਲੈ ਲਿਆ। ਭਾਰਤੀ ਹਵਾਈ ਫੌਜ ਦੇ ਮਿਰਾਜ਼ 2000 ਨੇ ਦਹਿਸ਼ਤਗਰਦਾਂ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾ ਕੇ ਉਹਨਾਂ ਨੂੰ ਨੇਸਤ ਨੂੰ ਨਾਬੂਦ ਕਰ ਦਿੱਤਾ। ਇਸ ਸੰਬੰਧੀ ਲੁਧਿਆਣਾ ਚ ਰਹਿੰਦੇ ਕਰਨਲ DS ਗਰੇਵਾਲ ਨੇ ਹਵਾਈ ਫੌਜ ਨੂੰ ਇਸ ਆਪਰੇਸ਼ਨ ਲਈ ਵਧਾਈ ਦਿੱਤੀ ਹੈ। ਉਹਨਾਂ ਕਿਹਾ ਕਿ ਇਹ ਹਵਾਈ ਫੌਜ ਦੀ ਵੱਡੀ ਕਾਰਵਾਈ ਹੈ। ਉਹਨਾਂ ਕਿਹਾ ਕਿ ਇਸ ਦੀ ਸਖ਼ਤ ਲੋੜ ਸੀ ਅਤੇ ਭਾਰਤੀ ਫੌਜ ਅਜਿਹੇ ਆਪਰੇਸ਼ਨ ਕਰਨ ਲਈ ਪੂਰੀ ਤਰ੍ਹਾਂ ਸਮਰੱਥ ਹੈ। ਪਹਿਲਾਂ ਤਾਂ ਇਹ ਸਿਰਫ 20 ਤੋਂ ਲੈ ਕੇ 70 ਕਿਲੋਮੀਟਰ ਦੇ ਵਿੱਚ ਹੋਇਆ। ਇਹ ਤਾਂ ਬਾਰਡਰ ਦੇ ਨਾਲ ਨਾਲ ਹੀ ਹੈ। ਆਪਣੇ ਜਿਹੜੇ ਏਅਰਕ੍ਰਾਫਟ ਨੇ ਇੰਨੇ ਤੇਜ਼ ਚੱਲਦੇ ਨੇ ਕਿ ਇਹ ਤਾਂ ਇੱਕ ਮਿੰਟ 'ਚ ਉੱਥੇ ਤੱਕ ਪਹੁੰਚ ਜਾਂਦੇ ਨੇ। ਸੋ ਇਹ ਤਾਂ ਸੰਭਵ ਦੀ ਤਾਂ ਗੱਲ ਹੀ ਛੱਡੋ, ਇਹ ਤਾਂ ਪਾਕਿਸਤਾਨ ਕੀ ਪੂਰਾ ਚਾਈਨਾ ਦੇ ਤੱਕ ਪਹੁੰਚ ਜਾਂਦੇ ਨੇ ਹਵਾਈ ਜਹਾਜ਼ ਆਪਣੇ। ਸੋ ਸੰਭਵ ਸੀ। ਦੂਜਾ, ਬਾਕੀ ਇਹਨਾਂ ਨੂੰ ਪੂਰੀ ਇਨਫੋਰਮੇਸ਼ਨ ਸੀ ਦੁਸ਼ਮਣ ਦੇ ਉਹਨਾਂ ਆਤੰਕੀ ਕੈਂਪਾਂ ਬਾਰੇ, ਪੂਰੀ ਡਿਟੇਲਡ ਇਨਫੋਰਮੇਸ਼ਨ ਕਲੈਕਟ ਕੀਤੀ ਹੋਈ ਸੀ ਔਰ 12 ਦਿਨ ਤੋਂ ਤਿਆਰੀ ਹੋ ਰਹੀ ਸੀ ਇਹਦੀ, ਔਰ ਇਹਨਾਂ ਨੇ ਅਲਟਰਨੇਟਿਵ 3-4 ਪਲਾਨਾਂ ਬਣਾਈਆਂ ਹੋਈਆਂ ਸੀ। ਜਿਵੇਂ ਪਹਿਲਾਂ ਮਸੂਦ ਨੂੰ ਖਤਮ ਕਰਨ ਦੀ ਸੀ, ਮਸੂਦ ਤਾਂ ਭੱਜ ਕੇ ਛੁੱਪ ਗਿਆ, ਲੇਕਿਨ ਫਿਰ ਦੂਜੀ ਇਹ ਸੀ ਚਲੋ ਇਹਨਾਂ ਟੈਰਰਿਸਟਾਂ ਦੇ ਅੱਡੇ ਖਤਮ ਕਰ ਦਈਏ। ਨਹੀਂ, ਛੁਪੜਾ ਤਾਂ ਹਲੇ ਦੂਜੀਆਂ ਵੀ ਆ ਵੀ ਸੰਭਵ ਨੇ ਕਿ ਮਸੂਦ ਨੂੰ ਵੀ ਇਹਨਾਂ ਨੇ ਰਗੜਨਾ ਹੈ, ਸਲਾਹਉਦੀਨ ਨੂੰ ਵੀ ਰਗੜਨਾ ਹੈ। ਚੰਗਾ, ਪਾਕਿਸਤਾਨ ਆਪਣੇ ਆਪ ਹੀ ਹੈਂਡਓਵਰ ਕਰ ਦੇਵੇ। ਸੋ ਅਗਰ ਦੋਸਤੀ ਦਾ ਹੱਥ ਉਹਨੇ ਵਧਾਉਣਾ ਹੈ ਤਾਂ ਇੱਕ ਤਾਂ ਉਹਨੂੰ ਕੇਸ ਬੰਬਈ ਵਾਲਾ, ਪਠਾਨਕੋਟ ਦਾ, ਉੜੀ ਦਾ ਚਲਾਉਣਾ ਪਏਗਾ। ਨਹੀਂ ਪਏਗਾ ਤਾਂ ਇੱਦਾਂ ਠੁਕਦਾ ਰਹੇਗਾ, ਕਿਉਂਕਿ ਭਾਰਤ ਦੇ ਮਨ ਦੇ ਵਿੱਚ ਹਲੇ ਅੱਗ ਲੱਗੀ ਹੋਈ ਹੈ। ਇਹ ਅੱਗ ਉਦੋਂ ਹੀ ਬੁਝੇਗੀ ਜਦੋਂ ਇੰਨੇ ਉਹਨਾਂ ਨੇ ਜੋ ਕਹਿਰ ਕੀਤੇ ਨੇ ਭਾਰਤ ਦੇ ਉੱਤੇ, ਉਹਦਾ ਜਵਾਬ ਤਾਂ ਉਹਨੂੰ ਦੇਣਾ ਹੀ ਦੇਣਾ। ਹਰ ਹਮਲੇ ਲਈ ਪੂਰੀ ਤਿਆਰੀ ਕਰਨੀ ਪੈਂਦੀ ਹੈ। ਹੁਣ ਵੀ ਪਾਕਿਸਤਾਨ ਇਮੀਡੀਏਟਲੀ ਐਕਸ਼ਨ ਨਹੀਂ ਕਰੇਗਾ, ਸਾਨੂੰ ਕੁਛ ਦਿਨ ਉਡੀਕਣਾ ਪਏਗਾ। ਫੌਜਾਂ ਨੂੰ ਤਾਂ ਹਮੇਸ਼ਾ ਹੀ ਹੁਣ ਤਿਆਰ ਬਾਰ ਤਿਆਰ ਹੋ ਜਾਣਾ ਚਾਹੀਦਾ ਹੈ। ਤੁਸੀਂ ਗਵਾਂਢੀ ਨੂੰ ਵੀ ਛੇੜਦੇ ਹੋ ਤਾਂ ਵੀ ਤੁਹਾਨੂੰ ਆਪਣੇ ਆਪ ਤਿਆਰ ਰਹਿਣਾ ਪੈਂਦਾ ਹੈ। ਇਹ ਤਾਂ ਬਹੁਤ ਵੱਡੇ ਦੁਸ਼ਮਣਾਂ ਦੇਸ਼ਾਂ ਦੀ ਗੱਲ ਹੈ। ਤਾਂ ਸਾਨੂੰ ਆਪਣੀ ਪੂਰੀਆਂ ਫੌਜਾਂ ਨੂੰ ਤਿਆਰ ਬਰ ਤਿਆਰ ਰੱਖਣਾ ਚਾਹੀਦਾ। ਫੌਜਾਂ ਨੂੰ ਹੀ ਨਹੀਂ, ਲੋਕਾਂ ਨੂੰ ਵੀ ਆਪਣੇ ਆਪ ਦਾ ਖਿਆਲ ਰੱਖਣਾ ਚਾਹੀਦਾ ਕਿ ਅਗਰ ਹਮਲਾ ਹੁੰਦਾ ਤਾਂ ਅਸੀਂ ਕੀ ਕਰਨਾ ਹੈ, ਉਹਦੀ ਪੂਰੀ ਤਿਆਰੀ ਕਰਨੀ ਚਾਹੀਦੀ ਹੈ। ਕਿ ਪਾਕਿਸਤਾਨ ਇਹੋ ਜਿਹਾ ਦੇਸ਼ ਆ, ਰੋਗ ਸਟੇਟ ਕਹਿੰਦੇ ਇਹਨੂੰ, ਟੈਰਰਿਸਟ ਸਟੇਟ ਹੈ ਜੋ ਕਿਤੇ ਵੀ ਕੁਛ ਕਰ ਸਕਦਾ। 200 ਤੋਂ 300 ਤੱਕ ਦਹਿਸ਼ਤਗਰਦੀ ਮਾਰੇ ਜਾ ਚੁੱਕੇ ਨੇ। ਬਿਊਰੋ ਰਿਪੋਰਟ, ਲੁਧਿਆਣਾ ਵਿਊ।